ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਡੇਲੀ ਪੰਜਾਬ ਨਿਊਜ਼ ਦੇ ਵਿੱਚ। ਦੋਸਤੋ, ਇਸ ਵੇਲੇ ਦੀ ਵੱਡੀ ਖਬਰ, ਇੰਡੀਆ 'ਚੋਂ ਇੱਥੇ ਆਇਆ ਵੱਡਾ ਭੂਚਾਲ, ਕੰਬੀ ਧਰਤੀ, ਮੱਚੀ ਹਾਹਾਕਾਰ, ਪਈਆਂ ਭਾਜੜਾਂ। ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਆ, ਸੋ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜ਼ਰੂਰ ਦੇਖ ਲੈਣਾ, ਤੁਹਾਨੂੰ ਪੂਰੀ ਖਬਰ ਬਾਰੇ ਵੀ ਪਤਾ ਚੱਲ ਜਾਵੇਗਾ। ਉਸ ਤੋਂ ਪਹਿਲਾਂ ਦੋਸਤੋ, ਇੱਕ ਛੋਟੀ ਜਿਹੀ ਬੇਨਤੀ ਆ, ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਹਾਂਜੀ, ਇਸ ਸਾਲ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਕਈ ਜਗ੍ਹਾ 'ਤੇ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਚੁੱਕਿਆ ਹੈ। ਹਾਂਜੀ, ਇਸ ਵਿੱਚ ਅੱਜ ਉਸ ਸਮੇਂ ਵਾਧਾ ਹੋਇਆ ਜਦੋਂ ਬੀਤੀ ਰਾਤ ਆਂਡੇਮਾਨ ਅਤੇ ਨਿਕੋਬਾਰ ਦੇ ਵਿੱਚ ਫਿਰ ਤੋਂ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਬੀਤੀ ਰਾਤ ਆਏ ਇਸ ਭੂਚਾਲ ਦੀ ਤੀਬਰਤਾ ਰੈਕਟ ਪੈਮਾਨੇ ਉੱਪਰ ਮਾਪੀ ਗਈ ਹੈ। ਇਸ ਭੂਚਾਲ ਦੇ ਆਉਣ ਦਾ ਕੇਂਦਰ ਧਰਤੀ ਤੋਂ ਹੇਠਾਂ 36 ਕਿਲੋਮੀਟਰ ਗਹਿਰਾਈ 'ਤੇ ਦੱਸਿਆ ਗਿਆ ਹੈ। ਹਾਂਜੀ, ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਆਂਡੇਮਾਨ ਅਤੇ ਨਿਕੋਬਾਰ ਦੇ ਖੇਤਰਾਂ ਵਿੱਚ ਇਸ ਭੂਚਾਲ ਦੇ ਝਟਕੇ ਕੱਲ੍ਹ ਰਾਤ 8:35 'ਤੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਆਉਣ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਦੇ ਵੱਲੋਂ ਦਹਿਸ਼ਤ ਦਾ ਮਾਹੌਲ ਦੇ ਕਾਰਨ ਬਾਹਰ ਨਿਕਲ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਗਿਆ ਹੈ। ਉੱਥੇ ਰਾਤ ਦੇ ਸਮੇਂ ਆਏ ਇਸ ਭੂਚਾਲ ਕਾਰਨ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਣ ਦੀ ਖਬਰ ਹਜੇ ਤੱਕ ਸਾਹਮਣੇ ਨਹੀਂ ਆਈ ਹੈ, ਪਰ ਲੋਕਾਂ ਦੇ ਵਿੱਚ ਹਜੇ ਵੀ ਡਰ ਦਾ ਮਾਹੌਲ ਹੈ, ਉਹ ਵੇਖਿਆ ਜਾ ਰਿਹਾ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਸਾਡੀ ਖਬਰ ਇੱਥੇ ਸਮਾਪਤ ਹੋ ਜਾਂਦੀ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।